एवरीवन, आज असि तुहानू लैके आए हैं फायर फेस्टिवल जो कि मेलबर्न में लगा हुआ वा डॉकलैंड्स में 3 डेज़ लई अज तो स्टार्ट हो रहा वा 28 तो 3 डेज़ तक लग्या हुआ वा संडे तक। बहुत ठंड है इतने तो इतने काफ़ी कुछ है देखने वास्ते। क्रूज है वा, मैं भी आया नाल ही। अपन चल रहे हैं क्रूज से पहले। हाँ, सब तो पहले ਇਹਨੂੰ ਠੰਡ ਲਾ ਦਈਏ ਇੱਥੇ ਆ ਜਾਵੇ। ਇਹ ਸਾਨੂੰ ਫਸਟ ਫਾਇਰ ਦਿੱਖੀ ਆ ਫਾਇਰ ਫੈਸਟੀਵਲ ਦੀ ਛੋਟੀ ਜੀ ਫਾਇਰ। ਤੁਹਾਨੂੰ ਲੈ ਕੇ ਚੱਲਦੇ ਆ ਫਸਟ ਕਰੂਜ਼ ਤੇ। ਸਾਰੀ ਫਸਟ ਐਕਟੀਵਿਟੀ ਅਸੀਂ ਇੱਥੇ ਕਰੂਜ਼ ਤੇ ਜਾਵਾਂਗੇ ਤੇ ਉੱਥੋਂ ਹੀ ਅਸੀਂ ਫਾਇਰ ਫੈਸਟੀਵਲ ਦੇਖਾਂਗੇ ਤੇ ਉਹ ਖੜਾ ਵਾ ਕਰੂਜ਼ ਲੇਡੀ ਕਟਲਰ, ਕਾਫੀ ਹਿਊਜ ਆ ਕਰੂਜ਼। बोट लेडी कटलर लिखा सिडनी हुआ वा सी मेलबर्न चा क्रूज आ के बोट आ। हां काफी बड़ी हैगी है बोट, आई मीन क्रूज आ है, बोट नहीं हैगी पता है। मैं बदनाम करी जाने हां बेचारे क्रूज नु। चलो मारिए शाला। हे ऑलराइट, हैगी है साडी एंट्री इथों दी ते क्रूज अंदरो काफी बढ़िया लग रहा वा देखण विच। चढ़ना सी। हां जी ढोल बजदा पिया वा उधर इंडियन दा होर फायर फायर फेस्टिवल दे काफी एक्टिविटीज हो रही ने, काफी मजा आंदा पिया वा देख देख के। ਹੁਣ ਇੱਕ ਰੂਹ ਚੱਲੂਗਾ ਫਿਰ ਠੰਡ ਲੱਗੂਗੀ, ਹਜੇ ਤਾਂ ਫਾਇਰ ਫੈਸਟੀਵਲ ਦੀ ਆਉਂਦੀਆਂ ਸੇਕ। ਛੋਟੀ ਜਿਹੀ ਰਹਿ ਗਈ ਸਿਟੀ, ਆ ਵੋਲਟੀ ਬ੍ਰਿਜ ਆ ਗਿਆ। ਰੋਇਟ ਯੂ ਟਰਨ ਲਿਆ ਵਾ, ਇੰਨਾ ਸੋਹਣਾ ਬੜਾ ਬੱਚਾ ਖੜਾ ਇਹਨਾਂ ਦਾ। ਇਸ ਸਾਈਡ ਤੋਂ ਵਿਊ ਬਹੁਤ ਸੋਹਣਾ ਵਾ, ਕਾਫੀ ਵਧੀਆ ਲੱਗ ਰਿਹਾ ਵਾ। ਇਸ ਸਾਈਡ ਬਹੁਤ ਵਧੀਆ ਸਿਟੀ ਦਿਖ ਰਹੀ ਹੈ ਸਾਡੀ ਮੈਲਬਰਨ ਦੀ ਸਿਟੀ। ਇਹ ਫੈਰਿਸ ਵੀਲ ਪਤਾ ਨਹੀਂ ਕਿੱਥੇ ਲੱਗਿਆ, ਇਹ ਵੀ ਦੇਖਣਾ ਪੈਣਾ ਆਪਾਂ ਨੂੰ। ਹੁਣ ਅਸੀਂ ਕਿੱਥੇ ਲੱਗਿਆ ਹੋਣਾ ਵੀ, ਹੁਣ ਅਸੀਂ ਨਾ ਕਰੂਸ ਹਾਏ ਉੱਥੇ ਬਹੁਤ ਜ਼ਿਆਦਾ ਠੰਡ ਸੀ ਪਤਾ ਕਰੂਸ ਤੇ, ਹੁਣ ਇੱਥੇ ਆ ਕੇ ਆਪਾਂ ਅੱਗ ਸੇਕਦੇ ਪਏ ਆ, ਬੜਾ ਵਧੀਆ ਲੱਗਦਾ ਪਿਆ ਵਾ ਥੋੜਾ ਜਿਹਾ ਚੱਲ ਕੇ। ऑलराइट, ਇੱਥੇ ਇਹ ਹੋ ਰਿਹਾ ਵਾ ਕੀ ਕਹਿੰਦੇ ਇਹਨੂੰ, ਲੇਜ਼ਰ ਸ਼ੋ। ਆਲਰਾਈਟ, ਤੇ ਇੱਕ ਸਾਈਡ ਹੋ ਰਿਹਾ ਵਾ ਲੇਜ਼ਰ ਸ਼ੋ ਕਿਉਂਕਿ ਡ੍ਰਿਜ਼ਲਿੰਗ ਹੋ ਰਹੀ ਹੈ ਥੋੜ੍ਹੀ ਥੋੜ੍ਹੀ ਬਰਸਾਤ ਟਾਈਪ ਜੀ, ਫਿਰ ਤਾਂ ਕਰਕੇ ਇਹਦੀ।